ਐਪਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਸੁਖੀ ਬਣੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਜਿਵੇਂ ਐਡਮਿਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ, ਪੰਜਾਬ ਯੂਨੀਵਰਸਿਟੀ ਦੇ ਹੋਰਾਂ ਕਾਲਜਾਂ ਦੇ ਵਿੱਚ ਵਿਚਰਨ ਵਾਲੀਆਂ ਪਾਰਟੀਆਂ ਦੀ ਗਤੀਵਿਧੀਆਂ ਵੀ ਤੇਜ਼ ਹੋ ਜਾਂਦੀਆਂ ਨੇ। ਅੱਜ ਪੰਜਾਬ ਯੂਨੀਵਰਸਿਟੀ ਦੇ ਵੀਸੀ ਆਫਿਸ ਦੇ ਬਾਹਰ ਕਿਹੜੀ ਪਾਰਟੀ ਨੇ ਧਰਨਾ ਲਾਇਆ, ਆਓ ਜਾਣਦੇ ਹਾਂ। ਇਹ ਧਰਨਾ ਕਿੰਨਾ ਮੰਗਾਂ ਵਾਸਤੇ ਲਾਇਆ ਗਿਆ, ਆਓ ਗੱਲ ਕਰਦੇ ਹਾਂ ਸੁਮਿਤ ਗੋਖਲਾਨੀ ਦੇ ਨਾਲ। ਸਾਡਾ ਮੁੱਦਾ ਅੱਜ ਇਹ ਹੈ ਕਿ ਇੱਕ ਤਾਂ ਇੰਗਲਿਸ਼ ਡਿਪਾਰਟਮੈਂਟ ਦੀਆਂ ਸੀਟਾਂ ਘਟੀਆਂ 194 ਕਰਤੀਆਂ, ਪਲੱਸ ਐਂਸ਼ੀਅਸ ਸੀਟਾਂ 68 ਤੋਂ 50 ਕਰਤੀਆਂ, ਜਿਹੜਾ ਕਿ ਬਹੁਤ ਹੀ ਗਲਤ ਕੀਤਾ। ਇਹਨਾਂ ਨੇ ਇੱਕੋ ਦਮ ਸੀਟਾਂ ਘਟਾ ਦੀਆਂ ਅਤੇ ਅਸੀਂ ਚਾਹੁੰਦੇ ਹਾਂ ਕਿ ਸੀਟਾਂ ਵਾਪਸ ਦਿੱਤੀਆਂ ਜਾਣ, ਤਾਂ ਕਿ ਯੂਨੀਵਰਸਿਟੀ ਜਿਵੇਂ ਵੱਧ ਰਹੀ ਹੈ ਯੂਨੀਵਰਸਿਟੀ ਸੀਟਾਂ ਘਟਾਉਣੀਆਂ ਨਹੀਂ ਚਾਹੀਦੀਆਂ, ਵਧਾਉਣੀਆਂ ਚਾਹੀਦੀਆਂ। ਅਸੀਂ ਚਾਹੁੰਦੇ ਹਾਂ ਕਿ ਸੀਟਾਂ ਬਰਾਬਰ ਹੋ ਜਾਣ, 150 ਰਹਿਣ, ਨਹੀਂ ਤਾਂ ਵੱਧ ਜਾਣ, ਕਿਉਂਕਿ ਜਿਵੇਂ ਬੱਚੇ ਆ ਰਹੇ ਨੇ ਉਹਨਾਂ ਦੇ 500 ਸਬਮਿਟ ਹੋ ਰਹੇ ਨੇ, ਪਿਛਲੀ ਵਾਰੀ ਨਾਲੋਂ ਜ਼ਿਆਦਾ ਹੋਏ। ਪਲੱਸ OCT ਦਾ ਜਿਹੜਾ ਰਿਜ਼ਲਟ ਆਇਆ ਉਹ ਥੋੜ੍ਹਾ ਲੇਟ ਆਇਆ, ਲਾਸਟ ਐਡਮਿਸ਼ਨ ਫੋਰਮ ਭਰਨ ਦੀ 2 ਜੁਲਾਈ ਸੀ, ਜਿਹੜਾ ਕਿ ਮਤਲਬ ਕਿ ਬੱਚਿਆਂ ਨੂੰ ਨਾ ਪਤਾ ਹੋਣ ਕਰਕੇ, ਜ਼ਿਆਦਾ ਇਨਫੋਰਮੇਸ਼ਨ ਨਾ ਸਪਰੈਡ ਹੋਣ ਕਰਕੇ ਬੱਚਿਆਂ ਬੜੀ ਦਿੱਕਤ ਆਈ ਹੈ। ਅਸੀਂ ਡੇਟ ਚਾਹੁੰਦੇ ਹਾਂ ਕਿ ਵਧਾਉਣ, ਪਰ ਅਥਾਰਟੀ ਸਾਡੇ ਐਕਸੈਪਟ ਕਰ ਲਈ ਡਿਮਾਂਡ, ਉਹਨਾਂ ਨੇ 9 ਤਰੀਕ ਤੱਕ ਡੇਟ ਵਧਾ ਦਿੱਤੀ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਸਭ ਕੁਝ ਜਾਣਨ ਦੇ ਲਈ ਤੁਸੀਂ ਸਾਡਾ ਫੇਸਬੁੱਕ ਤੇ ਪੇਜ ਵੀ ਜੁਆਇਨ ਕਰ ਸਕਦੇ ਹੋ, ਜਾਂ www.youtube.com/CTV4U ਜੋ ਕਿ ਸਕਰੀਨ ਦੇ ਨੀਚੇ ਆ ਰਿਹਾ ਹੈ, ਇੱਥੇ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ।